हाँ जी सत श्री अकाल जी। ਜਾਂਦੇ ਆ ਇਹਨਾਂ ਤੋਂ ਕੀ ਹੋਣਾ, ਇਹਨਾਂ ਨੇ ਤਾਂ ਆਪ ਵੀ ਡਾਂਗਾ ਖਾਧਿਆ, ਨਵਿਆਂ ਦੀ ਵੀ ਪਵਾ ਦੇਣੀਆਂ। ਇਹ ਨਾ ਸੋਚਿਆ ਕਰੋ, ਅੱਧੇ ਗੱਲਾਂ ਸੁਣਾਈ ਜਾਂਦੇ ਥੱਲਾਂ ਦੇ ਬੈਠੇ, ਰੇਹ ਦੀ ਬੋਰੀ 30 ਰੁਪਏ ਵੱਧ ਗਈ, ਪਹਿਲਾਂ 1150 ਦੀ ਸੀ, ਹੁਣ ਤਾਂ 1100 ਅੱਸੀਆਂ ਦੀ ਹੋ ਗਈ। ਆਹ ਡੀਜ਼ਲ ਬੰਦ ਹੋ ਜਾਣਾ, ਉਹਦਾ ਆਪੇ ਹੀ ਤੁਹਾਨੂੰ ਧਰਨਾ ਛੱਡ ਕੇ ਭੱਜਣਾ ਪੈਣਾ। ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਥੜਿਆਂ ਦੇ ਬੈਠੇ ਹਜੇ ਵੀ। ਉਹਨਾਂ ਨੂੰ ਮੇਰੇ ਭਰਾ ਸਾਰੇ ਹਟਾਓ ਤੇ ਧਰਨੇ 'ਚ ਲਿਆਓ ਵੱਧ ਤੋਂ ਵੱਧ। ਇੱਕ ਮੇਰੀ ਬੇਨਤੀ ਇਹ ਆ ਵੀ ਕਿਸਾਨ ਯੂਨੀਅਨ ਜਥੇਬੰਦੀ ਦਾ ਸਾਥ ਲਿਆ ਕਰੋ। ਜਦੋਂ ਕਿਸਾਨ ਯੂਨੀਅਨ ਵਾਲਿਆਂ ਦੀ ਟਰਾਲੀ ਆਉਂਦੀ ਆ ਪਿੰਡ 'ਚ, ਅੱਜ ਤਾਂ ਲੋਕ ਹੀ ਜਾਂਦੇ ਉਹ ਯੂਨੀਅਨ ਵਾਲੇ ਆਉਂਦੇ, ਇਹਨਾਂ ਨੂੰ 100 ਰੁਪਇਆ ਕਿਤੇ ਨਾ ਬਾਹਰ ਡਾਲੋ, ਕੋਈ ਬਾਹਰੋਂ ਜਿੰਦਾ ਲਾ ਕੇ ਨਿਕਲ ਜਾਂਦਾ। ਤੇ ਫੇਰ ਹੀ ਮੰਗਾਂ ਜਿੱਤੀਆਂ ਜਾਣਗੀਆਂ, ਫੇਰ ਹੀ ਦਿੱਲੀ ਪਹੁੰਚਿਆ ਜਾਣਾ ਜੇ ਸਾਥ ਦੇਵੋਗੇ। ਤੇ ਜੇਕਰ ਜੀ ਆਪਾਂ ਵੀ ਲਾਲੋ ਜਿੰਦਾ, ਫੇਰ ਤਾਂ ਦਿੱਲੀ ਪਹੁੰਚੇ ਹੀ ਪਏ ਹਾਂ ਆਪਾਂ। ਇੱਕ ਜਿਹੜਾ ਵੀਰ ਜਿੰਨੇ ਵੀ ਸਾਡੇ 28-30 ਪਿੰਡ ਆ, ਸਾਡੇ ਮੀਟਰ ਅੰਦਰ ਆ, ਦੋ ਦੋ ਏਸੀ ਚੱਲਦੇ ਆ, ਹਰੇਕ ਘਰੇ ਹੀਟਰ ਪਿਆ, ਐਵੇਂ ਸਪੀਕਰ 'ਚ ਭਲਾ ਕੋਈ ਸਹੁੰ ਖਾਈ ਜਾਵੇ, ਪਿਆ ਨੀ ਸਾਡੇ ਤਾਪ ਲੱਗਿਆ ਵਾ, ਸਾਗ ਹੀਟਰ 'ਤੇ ਹੀ ਰਹਿੰਦੇ ਆ। ਅਸੀਂ ਤਾਂ ਕਹਿੰਦੇ ਹਾਂ ਵੀ ਇੱਕ ਚੋਰੀ ਆਪਣੇ ਕੋਲ, ਇਹ ਕਰਨ ਨੂੰ ਇਹੀ ਕਰ ਲਓ, ਬਾਕੀ ਤਾਂ ਆਪਣੇ ਕੁੱਟੀ ਪੈਂਦੀ ਆ। ਤਿੰਨ ਪਾਰਟੀਆਂ ਤੋਂ ਆਪਾਂ ਕੁੱਟ ਕਾ ਚੁੱਕੇ ਆ, ਤੁਹਾਨੂੰ ਪਤਾ ਕੇਜਰੀਵਾਲ ਤੋਂ ਵੀ ਪੈ ਗਈਆਂ ਸਾਰਿਆਂ ਦੇ, ਸਾਧੂ ਸ਼ਾਹ ਨੂੰ ਵੀ ਜਿਤਾ ਲਿਆ, ਹੋਰਾਂ ਨੂੰ ਵੀ ਜਿਤਾ ਲਿਆ, ਕੁੱਟ ਪੈ ਗਈ ਧਰ ਕੇ। ਹੁਣ ਆਪਾਂ ਦੇਖ ਲਿਆ ਕੁੱਟ ਖਾ ਕੇ ਸਾਰਿਆਂ ਨੇ, ਹੁਣ ਆਪਾਂ ਇਹਨਾਂ ਨਾਲ ਅਸੀਂ ਐਵੇਂ ਨਹੀਂ ਲੜੇ, ਅਸੀਂ ਵੀ ਤਾਂ ਤੂਬਰੇ ਦਾ ਹੀ ਤਾਪ ਕਹਿੰਦੇ, ਜਿਹੜਾ ਲੰਗਰ ਭੰਨ ਕੇ ਮੁੜੇ ਆਉਂਦੇ ਆ, ਇਹ ਤਾਂ ਆਪੇ ਮੁੜੇ ਆਉਣਗੇ, ਕੋਈ ਨਹੀਂ ਅਸੀਂ ਤਾਂ ਇਹਨਾਂ ਦੇ ਨਾਲ ਜਾਂਦੇ ਨਹੀਂ। ਹੁਣ ਸਾਰੇ ਲੜੇ ਆ, ਮੁੰਡੇ ਵੀ ਆਉਂਦੇ ਆ ਨਾਲ, ਬਜ਼ੁਰਗ ਵੀ ਆਉਂਦੇ ਆ ਜਿੰਨੇ, ਵੱਧ ਤੋਂ ਵੱਧ 30,000 ਰੁਪਇਆ ਗ੍ਰਾਹੀ ਇਕੱਠੀ ਹੁੰਦੀ ਸੀ ਸਿਆਂ ਮਹੀਨਿਆਂ ਦੀ। ਇਹਨਾਂ ਨੇ ਸਪੀਕਰ ਦੀ ਮੰਗ ਕੀਤੀ ਸਾਡੇ ਪਾਰਟੀ ਦੇ ਬੰਦਿਆਂ ਨੇ ਜਿਹੜੇ ਪਹਿਲਾਂ ਮੂਹਰੇ ਆ, ਦਸਾਂ ਦਿਨਾਂ 'ਚ ਮੁੰਡਿਆਂ ਨੇ 30,000 32,000 ਦਿਨ ਸਾਊਂਡ ਲਿਆ ਤਾ, ਸਹੂਲਤਾਂ ਹੂਜਾ ਦੀਆਂ ਤੇ ਹੂਜਾ ਦੇ ਸੈੱਟ ਲਿਆ ਤਾ ਵੀ ਬੋਲਣ ਵਾਸਤੇ ਵੀ ਇਹ ਆਪਣੇ ਲਈ ਲੜਦੇ ਆ। ਇਹਨਾਂ ਨੇ ਬਹੁਤ ਨਵੇਂ ਮੁੰਡੇ ਜੋੜੇ ਆ, ਹੁਣ ਕੈਂਟਰ ਲੈਣ ਦੀ ਸਕੀਮ ਆ ਵੀ ਸਾਰੇ ਮੁੰਡੇ ਜੁੜੋ ਜਿੰਨੇ ਵੱਧ ਤੋਂ ਵੱਧ, ਤੇ ਸੱਥਾਂ ਵਾਲਿਆਂ ਦੀ ਨਾ ਸੁਣਿਆ ਕਰੋ। ਇੱਕ ਮੇਰੀ ਹੱਥ ਮੰਨ ਕੇ ਬੇਨਤੀ ਆ, ਵਿਆਹ 'ਚ ਜਾ ਕੇ ਮੇਰੇ ਘਰ ਮੱਛਰ ਜਿਹਾ ਜੀਜਾ ਆ ਗਿਆ, ਸਾਲੀ ਤੋਂ ਦੀ ਪੈਸੇ ਸਿੱਟ ਰਹੇ ਆ, ਉੱਥੇ 500 ਘੱਟ ਸਿੱਟ ਦਿਓ ਇਹਨਾਂ ਨੂੰ ਦੇ ਦਿਓ। ਜੇ ਦਿਨੋ ਦਿਨ ਇਹ ਇਹਨਾਂ ਨੂੰ ਆਪਾਂ ਫੰਡ ਵਧਾਵਾਂਗੇ ਨਾ, ਫੇਰ ਹੀ ਜਾ ਕੇ ਕੋਈ ਦਿੱਲੀ ਜਿੱਤੀ ਜਾਣੀ ਆ, ਨਹੀਂ ਘਰੇ ਬਹਿ ਕੇ ਤਾਂ ਰੇਹ ਕੀ ਦਿੱਲੀ ਦੀਆਂ ਗੱਲਾਂ ਮਾਰ ਦਿੰਦਾ। ਮੇਰੇ ਕੋਲ 2 ਕਿੱਲੇ ਪੈਲੀ ਆ, ਮੈਂ ਮੋਟਰਾਂ ਬੰਨ ਕੇ ਰੋਟੀ ਖਾਂਦਾ ਇੱਥੇ। ਪਤਾ ਕੀ ਗੱਲ, ਆਪਣੇ ਨੌਜਵਾਨ ਮੁੰਡੇ ਕੋਈ ਗੁੱਸਾ ਵੀ ਨਾ ਮੰਨਣ, ਹਰੇਕ ਕਹਿੰਦਾ ਮੈਂ ਕੈਨੇਡਾ ਜਾਣਾ। ਮੈਂ ਗਿਆ ਸੀ 1 ਮਹੀਨਾ 20 ਦਿਨ ਲਾਏ ਮੇਰੇ, ਉਹਨਾਂ ਨੇ ਧੂੰਆਂ ਕੱਢਤਾ, 11 ਘੰਟੇ ਲਵਾਉਂਦੇ ਸੀ। ਜੇ ਮਾੜਾ ਜਿਹਾ ਬੋਲਿਆ ਕਹਿੰਦੇ ਚੱਕ ਡੱਬਾ ਚੱਲ ਘਰ ਨੂੰ। ਇੱਥੇ 2 ਕਿੱਲਿਆਂ 'ਤੇ ਮੈਂ ਉਹ ਐਸ ਕਰਦਾ ਜਿਹੜੀ ਕੈਨੇਡਾ 'ਚ ਨਹੀਂ ਹੋਈ। ਮੈਂ ਇੱਥੋਂ ਕਈ ਸੁਪਨੇ ਲਈ ਜਾਂਦੇ ਵੀ ਕਿੱਲਾ ਵੇਚਦਾ ਕੈਨੇਡਾ ਜਾ ਵੜਾਂਗੇ। ਉੱਥੇ ਸਾਡਾ ਇਹ ਹਾਲ ਆ, ਜਿਹੜਾ ਨਵੇਂ ਸਟੂਡੈਂਟ ਜਾਂਦੇ ਆ ਜਾਂ ਕੋਈ ਗੁੱਸਾ ਵੀ ਨਾ ਮੰਨਿਓ, ਜਿਹੜਾ ਕੀੜਿਆਂ ਵਾਲਾ ਕੁੱਤਾ ਭੱਜਿਆ ਫਿਰਦਾ ਉਹਨੂੰ ਟੰਬਾ ਰੇਖ ਚੱਕ ਲੈਂਦਾ। ਉੱਥੇ ਨਹਾਉਂਦੇ ਵੀ ਨਹੀਂ, ਮੁਸਕਿਆ ਜਿਹਾ ਬਰਗਰਾ ਬਲੇਟ ਕੇ ਕਾਗਜ਼ 'ਚ ਭੱਜੇ ਹੀ ਫਿਰਦੇ ਆ। ਗਾਂ ਵਾਲੀ ਪੀੜ੍ਹੀ ਨੂੰ ਸੁੱਖ ਹੋਇਆ ਨਹੀਂ ਹੋਇਆ, ਇਹ ਤਾਂ ਗਾਂ ਕਿਸੇ ਨੇ ਕਿਹਨੇ ਦੇਖਿਆ ਜਦੋਂ ਮਰ ਗਏ, ਤੇ ਬੁੜੇ ਤਾਂ ਬੈਠੇ ਆ, ਰੋਟੀ ਐਂ ਛੱਡ ਜਾਂਦੇ ਆ 6-6 ਮਹੀਨੇ, ਕੋਈ ਬੁੜਿਆਂ ਨੂੰ ਪੁੱਛਦਾ ਨਹੀਂ। ਤੇ ਇੱਕ ਬੁੜੀ ਸਾਡੇ ਪਿੰਡ ਦੀ ਉੱਥੋਂ ਆਈ ਆ, ਮੈਂ ਨਾਂ ਨਹੀਂ ਲੈਣਾ, ਉਹਨੂੰ ਕਹਿੰਦਾ ਤੈਨੂੰ 2 ਮਹੀਨੇ ਨੂੰ ਇਲਾਜ ਹੋਊਗਾ ਤੇਰਾ। ਇੱਥੇ ਗੱਲਾਂ ਮਾਰਦੇ ਆ, ਉੱਥੇ ਸਹੂਲਤਾਂ ਫਲਾਨਾ, 2 ਮਹੀਨੇ ਜਾਂ ਚੋ ਲਾ ਕੇ ਲਿਆਂਦੀ, ਹੁਣ ਜਿਹੜੀ ਬੁੜੀ ਨਾ ਮਰਜੀ ਉਹਦਾ ਘੋਲ ਕਰਾ ਲਓ, ਬੁੜੀ ਦੀਆਂ ਗੱਪਾਂ ਲਵਾ ਦੂ, 2 ਮਹੀਨੇ 'ਚ ਡਾਕਟਰਾਂ ਨੇ ਰਾਜੀ ਕਰਤੀ। ਇੱਥੇ ਗੱਲਾਂ ਮਾਰਦੇ ਆ, ਉੱਥੇ ਸਾਨੂੰ ਸਹੂਲਤਾਂ, ਕਾਹਦੀਆਂ ਸਹੂਲਤਾਂ, ਜਹਾਜ਼ 'ਚੋਂ ਲਾਹ ਕੇ ਲਿਆਂਦੀ ਸੀ ਉਹ ਮਰਨ ਵਾਲੀ, ਜਿਹੜੇ ਹਿਸਾਬ ਨਾਲ ਉਹਨੂੰ ਟਾਈਮ ਦਿੱਤਾ ਵਾ ਸੀ ਨਾ ਬਈ 2 ਮਹੀਨਿਆਂ ਨੂੰ ਕੱਲੀ ਕੈਨੇਡਾ ਅਮਰੀਕਾ ਮਰੂਕਾ ਦਾ ਸਾਡੇ ਟਰੈਕਟਰਾਂ ਦੇ ਝੰਡੇ ਆ ਕੈਨੇਡਾ ਦੇ ਅਮਰੀਕਾ ਦੇ, ਸਾਡੇ ਦਿਮਾਗ 'ਚ ਕੀੜਾ ਵੜ ਗਿਆ। ਜਿਹੜਾ ਜਾਇਆ ਉਹ ਦੇਖੋ, 20 ਦਿਨਾਂ 'ਚ ਉਹਨਾਂ ਨੇ ਮੇਰੀ ਉਹ ਚੀਕ ਮਰਾਤੀ ਜਿਹੜੀ ਮੇਰੀ ਅੱਛਾ ਚੀਕ ਨਹੀਂ ਸੀ ਬੱਚੀ ਕੰਮ ਕਰਦੇ ਦੀ। ਦਿਨ ਰਾਤ ਮੋਟਰਾਂ ਦਾ ਕੰਮ ਕਰਦਾ ਮੈਂ ਵੀ ਮੌਜ ਕਰਦਾ, 2 ਕਿੱਲੇ ਪੈਲੀ 'ਚ ਜਿਹਦੋ ਜਿੱਤ ਕਰਦਾ ਕੱਦੂ ਤੋੜ ਲਿਆਉਂਦੇ ਆ, ਜਿਹਦੋ ਜਿੱਤ ਕਰਦਾ ਮਿਰਚਾਂ ਤੋੜ ਲਿਆਉਂਦੇ ਆ। ਉੱਥੇ ਮਿਰਚਾਂ ਕੱਦੂ ਨਹੀਂ ਮਿਲਣੇ, ਜੇ ਮਸ਼ੀਨ ਕੋਈ ਚੱਲੇਗਾ ਤਾਂ ਪੈਸੇ ਮਿਲਣੇ ਨਹੀਂ ਮਿਲਣੇ ਨੀ। ਅਗਲਾ ਕਹਿੰਦਾ ਚੱਕ ਡੱਬਾ ਘਰ ਨੂੰ ਚੱਲ, ਤੇ ਜੇ ਕੋਈ ਉੱਥੇ ਕਾਰ ਵਾਸਤੇ ਮੈਂ ਕੰਮ ਕਰਨ ਗਿਆ, ਕਈਆਂ ਬਈਆਂ ਨੂੰ ਗੁੱਸਾ ਵੀ ਲੱਗੂਗਾ। ਇੱਕ ਐਡਾ ਢੱਡ ਲੈ ਕੇ ਆਇਆ, $75 ਲਾ ਕੇ ਆਇਆ ਗਾ ਮਿਸੀਸਾਗਾ ਤੋਂ ਟੋਰਾਂਟੋ, ਉਹ ਕਹਿੰਦਾ ਜਿਹੜਾ ਸਿਆਣਾ ਗੋਰਾ ਸੀ ਉਹ ਕਹਿੰਦਾ ਐਡਾ ਢੱਡ ਬੰਨੀ ਫਸਦਾ, ਤੇ ਇੱਥੇ ਤਾਂ ਬੈਟ ਹੀ ਨਹੀਂ ਕੱਢੇ ਜਾਣੇ ਗੱਡੀਆਂ 'ਚੋਂ, 90 ਦੀ ਸਪੀਡ ਛੱਡ ਕੇ 110 ਦੀ ਸਪੀਡ ਤੇ ਚੱਲਣਾ ਪੈਂਦਾ। ਇੱਥੇ ਗੱਲਾਂ ਮਾਰੀਆਂ ਦਿਆ, ਜਿਹੜੇ ਉੱਥੇ ਫਸ ਗਏ ਉਹ ਤਾਂ ਫਸ ਗਏ, ਤੇ ਮੇਰੇ ਅੱਗੇ ਤਾਂ ਬੈਸਟਰ ਭੱਜਿਆ ਏ, ਜਿਹੜੇ ਕਾਰਵਾਈ 'ਤੇ ਸੀਗਾ ਲੱਗੇ ਕਾਰ ਵਾਸਤੇ, ਉਹ ਕਹਿੰਦੇ ਬਾਈ ਤੁਸੀਂ ਤਾਂ ਜਾਣਾ ਸਾਥੋਂ ਤਾਂ ਨੀ, ਹੁਣ ਮੁੜਿਆ ਜਾਣਾ ਇੱਥੇ ਹੀ ਮਰਨਾ ਪੈਣਾ। ਪਹਿਲਾਂ ਤਾਂ ਗੱਡੀ ਦੀਆਂ ਗੈਸਟਾਂ ਕੀੜੇ ਪੈ ਜਾਂਦੇ ਆ, ਉਹ ਮੋੜੀ ਚੱਲ ਉਹ ਨੀ ਕੀੜੇ ਮਰਦੇ, ਫਿਰ ਘਰ ਵਾਲੀਆਂ ਗੈਸਟਾਂ ਦੇ ਕੀੜੇ ਪੈ ਗਏ ਉਹ ਨੀ ਮਰਦੇ, ਫਿਰ ਉੱਥੇ 3 ਗੱਲਾਂ, ਕਿਹੜੇ ਵੇਲੇ ਘਰ ਵਾਲੀ ਨੇ ਤਲਾਕ ਦੇ ਦੇਣਾ, ਕਿਹੜੇ ਵੇਲੇ ਮੀਂਹ ਪੈ ਜਾਣਾ, ਕਿਹੜੇ ਵੇਲੇ ਕਿਸੇ ਨੇ ਕੰਮ ਤੋਂ ਬੁਝਾ ਦੇਣਾ, ਇਹ 3 ਗੱਲਾਂ ਉੱਥੇ ਪਹਿਲਾਂ। ਜਿਹੜਾ 2 ਟਰਾਲੀਆਂ ਲੱਕੜਾਂ ਦਾ ਤੁਸੀਂ ਉੱਥੇ ਘਰ ਲੈਂਦੇ ਹੋ ਨਾ, ਜਾ ਕੇ ਇੱਥੋਂ 10-10 ਕਿੱਲੇ ਵੇਚ ਕੇ ਸਰਦਾਰ ਬੰਦੇ ਉੱਥੇ ਦਿਹਾੜੀਆਂ ਕਰਦੇ ਫਿਰਦੇ, ਦਿਹਾੜੀਆਂ ਨੀ ਹੁੰਦੀਆਂ, ਫਿਰ ਕੋਈ ਜੀ ਵਾਲੀ ਖਾਂਦਾ, ਕੋਈ ਉੱਥੇ ਐਸਆਰ ਖਾਂਦਾ, ਕੋਈ $3 ਦੀ ਕਾਮ ਨੀ ਖਾਂਦਾ, ਗੋਲੀ ਫੇਰ ਦਿਹਾੜੀ ਲੱਗਦੀ ਆ। ਗੱਲਾਂ ਮਾਰਦੇ ਤੁਸੀਂ ਵੱਡੀਆਂ, ਪਰ ਜੇ ਦਿੱਲੀ ਜਿੱਤਣੀ ਆ ਨਾ, ਇਹਨਾਂ ਦੇ ਨਾਲ ਰਲੋ, ਜੇ ਜ਼ਮੀਨਾਂ ਦਿੱਲੀਆਂ ਫੇਰ ਜਿੱਤੀਆਂ ਜਾਣੀਆਂ ਆਪਣੇ ਕੋਲੇ, ਇਹਨਾਂ ਦਾ ਵੱਧ ਤੋਂ ਵੱਧ ਜਥੇਬੰਦੀ ਦਾ ਸਾਥ ਦੇਵੋ।
ਜਿਹੜਾ ਉਹ ਦੋ ਟਰਾਲੀ ਲੱਕੜਾਂ ਦੀ ਘਰ ਆ ਨਾ ਬੰਦੇ ਦੇ ਧੌਲੇ ਆ ਜਾਂਦੇ ਆ ਤੇ ਉਦੋਂ ਨੂੰ ਜਵਾਕ ਪਹੁੰਚਦੇ ਨੀ ਰੋਟੀ ਨੀ ਦਿੰਦੇ ਬੰਦੇ ਨੂੰ ਜਾਂ ਤਾਂ ਉਹ ਇੱਧਰ ਆਉਂਦਾ ਇੱਧਰਲੇ ਵੀ ਆਪਣੇ ਵਾਲੇ ਝਾਕਦੇ ਆਈਡੀ ਦੱਸਦੇ ਬੂਟ ਲਿਆਇਆ ਮੋਬਾਈਲ ਲਿਆਇਆ ਦੇਵੇਗਾ ਫੇਰ ਆ ਉਹ ਆਪਣੇ ਕੋਲੇ ਪੈਨਸ਼ਨ ਹੁੰਦੀ ਆ ਉਹ ਵੀ ਜੇ 58 ਸਾਲ ਤਾਈਂ ਕੰਮ ਕਰੂਗਾ ਤਾਂ ਮਿਲਣੀ ਆ ਜਿਹੜਾ ਦੋ ਟਰਾਲੀ ਲੱਕੜਾਂ ਦਾ ਘਰ ਆ ਜੇ ਆਪਣੇ ਵਾਲਾ ਸ਼ਰਾਬੀ ਚੰਗੀ ਬੋਤਲ ਪੀ ਕੇ ਦੇਸੀ ਦੀ ਲਾਚੜ ਜੇ ਨਾ ਉਹ 2 ਘੰਟਿਆਂ ਚ ਫੜ ਕੇ ਟਰਾਲੀ ਚ ਲੱਦ ਤੂੰ ਉਹ ਘਰ ਨੂੰ ਜਿਹੜੀ ਸਾਡੀ ਹਾਲਤ ਹੋਈ ਪਈ ਆ ਇੱਥੇ ਹਲ ਝਾਕੋ ਉਧਰ ਦੇ ਸੁਪਨੇ ਨਾ ਲਓ ਜਿਹੜੇ ਜਾਵੜੇ ਉਹਨਾਂ ਨੂੰ ਪੁੱਛੋ ਜਥੇਬੰਦੀ ਦਾ ਵੱਧ ਤੋਂ ਵੱਧ ਸਾਥ ਦੇਵੋ ਡਾਂਸਰਾਂ ਦੇ ਜਿਹੜੇ ਪੈਸੇ ਛੱਡਦੇ ਆ 2-2 ਹਜ਼ਾਰ ਨਾ ਪਾਰਟੀ ਦੇ ਮਾਰੇ ਵੀ ਮੈਂ ਸਾਲਾ ਜਾਂ ਮੈਂ ਪ੍ਰਾਹੁਣਾ ਗਾ ਜਾਂ ਮੈਂ ਫਲਾਨਾ ਗਾ ਜਾਂ ਮੈਂ ਤਕੜਾ ਮੇਰਾ ਨਾਂ ਬੋਲੋ ਉਹਦੇ ਵਾਸਤੇ ਇਹਨਾਂ ਦਾ ਸਾਥ ਦੇਵੋ 4,000-5,500 ਰੁਪਇਆ ਦੇਵੋ ਇਹਨਾਂ ਨੂੰ ਜਿਹਦੇ ਮੀਟਰ ਅੰਦਰ ਆ 28 ਪਿੰਡਾਂ ਦੇ ਵਿੱਚ ਉਹ ਬੰਦੇ ਗੱਲ ਕੰਨ ਖੋਲ ਕੇ ਸੁਣਨ 100-100 ਰੁਪਇਆ ਨੂੰ ਮਹੀਨੇ ਦਾ ਦੇਣ 1200 ਆਪਾਂ 600 ਦੇ ਮਹੀਨੇ ਵਾਸੀ ਆ ਮਹੀਨਾ ਬਾਅਦ ਵੀ ਗ੍ਰਾਹੀ ਕਰਦੇ 600 ਦੇਵਾਂਗੇ ਨਾ ਸਾਲ ਦਾ 1200 ਰੁਪਇਆ ਬਣਦਾ ਜੇ ਮੀਟਰ ਬਾਹਰ ਹੋ ਗਏ ਨਾ ਜਿਹੜੇ ਹੁਣ ਲੈਟਰੀਨ ਚ ਨਾ ਬਾਥਰੂਮਾਂ ਚ ਨਹਾਉਂਦੇ ਆ ਵੱਲ ਵਿੱਚ ਗਾਜ ਗਾ ਇਹਨਾਂ ਨੇ ਕਿਹਾ ਨੇਰੇ ਦੀ ਲੈਟਰੀਨ ਬਹਿ ਜਾਂਗੇ ਤੁਸੀਂ ਇਹ ਦੇਖ ਲਿਓ ਇਹ ਅੱਛੋ ਨਾ ਇਹ ਤੁਹਾਡੇ ਨਾਲ ਗੱਲਾਂ ਹੋਣੀਆਂ ਇਹ ਇਹ ਤੁਸੀਂ ਦੇਖਣਾ ਇੱਥੇ ਡਰਾਮਾ ਨੀ ਦੱਸ ਰਿਹਾ ਜਿਹੜੇ ਪਿੰਡ ਮੀਟਰ ਬਾਹਰ ਆ ਨਾ ਜਿਹੜੇ ਪਿੰਡ ਮੀਟਰ ਬਾਹਰ ਆ ਉਹਨਾਂ ਨੂੰ ਫਿਕਰ ਪੈ ਜਾਂਦਾ ਵੀ ਸਾਡੀ ਪੰਦਰੀ ਤਾਂ ਗਈ ਜੇ 8,000 ਆ 10,000 ਆ ਆਪਾਂ 20-30 ਹਜ਼ਾਰ ਦਾ ਸੌਦਾ ਨੀ ਖਾਂਦੇ ਮਹੀਨੇ ਚ ਤੇ ਉਹਨਾਂ ਨੂੰ ਨੀਂਦ ਨੀ ਆਉਂਦੀ ਉਹਦੇ ਬਿੱਲ ਆਉਣ ਵਾਲਾ 8-8, 10-10 ਹਜ਼ਾਰ ਰੁਪਇਆ ਬਿੱਲ ਆਉਂਦਾ ਤੇ ਸਾਡੇ ਕੋਲ 2 ਰਿਸ਼ਤੇਦਾਰ ਜਾਂ ਮੀਟਰ ਬਾਹਰ ਪਿੰਡਾਂ ਵਾਲੇ ਜਾ ਚੀਕਾਂ ਮਾਰਦੇ ਆ ਸਾਡੇ 2 ਏਸੀ ਚੱਲਦੇ ਆ ਦਿਨ ਰਾਤ ਬੰਦ ਨੀ ਕਰਦੇ ਕੁੰਡੀ ਲੱਗੀ ਵੀ ਆ ਇਹੀ ਸਰਕਾਰ ਦੀ ਚੋਰੀ ਆ ਕਰਾਂਗੇ ਜਿੱਥੇ ਆਪਣਾ ਜ਼ੋਰ ਚੱਲਦਾ ਕਿਸਾਨ ਜਥੇਬੰਦੀ ਕਰਕੇ ਸਾਡੇ ਪਿੰਡ ਚ ਸ਼ਹੀਦ ਸਾਧੂ ਸਿੰਘ ਦੇ ਪਿੰਡੋਂ ਆ ਸੀ ਪਰ ਮੈਂ ਪਿੰਡਾਂ ਨੂੰ ਹਜੇ ਵੀ ਕਹਿੰਦਾ ਵੀ ਉਹ ਸ਼ਹੀਦ ਨੀ ਹੋਇਆ ਹਜੇ ਉਹ ਜਿਉਂਦਾ ਤੁਹਾਡੇ ਲਈ ਸ਼ਹੀਦ ਹੋਤੇ ਹੋਣਾ ਜਦੋਂ ਤੁਹਾਡੇ ਮੀਟਰ ਬਾਹਰ ਆ ਗਏ ਸੜਕਾਂ ਤੇ ਫੇਰ ਤੁਹਾਨੂੰ ਪਤਾ ਲੱਗਣਾ ਫੇਰ ਤੁਹਾਡਾ ਦਿਮਾਗ ਟਿਕਾਣੇ ਆਉਣਾ ਅਸੀਂ ਕੱਲੇ ਕੱਲੇ ਘਰ ਜਾ ਕੇ ਪਿੱਟਦੇ ਆ ਵਿੱਚ ਪਤਾ ਕੀ ਗੱਲ ਆ ਜਦੇ ਬੰਦਗਾਂ ਦੇ ਆਗੂ ਆ ਸਾਨੂੰ ਝੰਡੇ ਦੇ ਤੇ ਸਾਡੇ ਟਰੈਕਟਰ ਤੋਂ ਝੰਡਾ ਲਾ ਲਿਆ ਬੰਦਿਆਂ ਨੇ ਇਹ ਵੀ ਫੈਸਲਾ ਲਿਆ ਪਰ ਆਪਾਂ ਟਰੈਕਟਰ ਤੇ ਝੰਡਾ ਲਾ ਸਕਦੇ ਆ ਵੱਧ ਤੋਂ ਵੱਧ ਬੰਦਿਆਂ ਨੂੰ ਜੋੜੋ ਆ ਕੈਨੇਡਾ ਆਸਟ੍ਰੇਲੀਆ ਦੇ ਝੰਡੇ ਲਾਓ ਜਿਨ੍ਹਾਂ ਦੇ ਆਪਾਂ ਗੁਲਾਮ ਆ ਹੁਣ ਤਾਂ ਤੁਸੀਂ ਹੱਸਦੇ ਆ ਆਪਾਂ ਪਹਿਲਾਂ ਵੀ ਗੁਲਾਮ ਸੀ ਹੁਣ ਵੀ ਗੁਲਾਮ ਆ ਉੱਥੇ ਜਾ ਕੇ ਦਿਹਾੜੀਆਂ ਹੀ ਆ ਇੱਥੇ ਨਾਲ ਦੀਆਂ ਮੌਜਾਂ ਹੈ ਨਹੀਂ ਸਾਰੇ ਕੈਨੇਡਾ ਚ ਗੇੜੇ ਕੱਢ ਲਿਓ ਜਾਂ ਤਾਂ ਪੰਜਾਬੀਆਂ ਦੇ ਲੰਗਰ ਖੀਰ ਮਿਲਦੀ ਆ ਨਹੀਂ ਇੱਥੇ ਦਿਨ ਰਾਤ ਦੁੱਧ ਚ ਪੱਤੀ ਮਿਲਦੀ ਆ ਜਦੋਂ 3 ਵਾਜੀਆਂ ਦੇ ਤੁਸੀਂ ਕੋਈ ਹੱਥੀਆਂ ਨੂੰ ਸੁੱਟ ਲੈਂਦਾ ਕੋਈ ਟਰਾਲੀ ਨੂੰ ਸੁੱਟ ਲੈਂਦਾ ਕੋਈ ਇੱਥੇ ਰਾਤ ਰਹਿ ਕੇ ਰਾਜੀ ਨਹੀਂ ਅਸੀਂ ਰਾਤਾਂ ਰਹਿ ਕੇ ਗਏ ਆ ਸਾਨੂੰ ਪਤਾ ਪਰ ਅਸੀਂ ਇਹ ਕਹਿੰਦੇ ਆ ਵੀ ਜਿਹਦਾ ਸਰਦਾ ਹੱਥ ਬੰਨ ਕੇ ਬੇਨਤੀ ਆ ਜ਼ਰੂਰ ਜਥੇਬੰਦੀ ਦਾ ਸਾਥ ਦਿਓ ਮੇਰੇ ਭਰਾ ਜੇ 20-20 ਬੰਦੇ ਪਿੰਡ ਚੋਂ ਆਉਂਦੇ ਆ 5-5 ਬੰਦੇ ਦੀ ਰਾਤ ਰਵੋ ਇਹਨਾਂ ਦੇ ਨਾਲ ਇਹਨਾਂ ਦਾ ਵੀ ਹੌਸਲਾ ਵਧੇ ਜੇ ਆਪਾਂ ਸਾਰੇ ਏਕਾ ਕਰਾਂਗੇ ਤਾਂ ਹੱਲ ਹੋਣਾ ਮੇਰੇ ਭਰਾ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਪਿੰਡ ਪਿੰਡ ਦੇ ਗ੍ਰਾਹੀ ਇਕੱਠੀ ਕਰਨਗੇ ਵੱਧ ਤੋਂ ਵੱਧ ਇਹਨਾਂ ਦਾ ਗ੍ਰਾਹੀ ਇਕੱਠੀ ਕਰਾਓ ਵੱਧ ਤੋਂ ਵੱਧ ਇਹਨਾਂ ਦਾ ਸਾਥ ਦੇਵੋ ਤੇ ਜੇ ਆਪਾਂ ਸੁਪਨੇ ਬਾਹਰ ਦੇ ਲੈਣੇ ਆ ਬਾਹਰ ਦਾ ਜਿਹੜੀਆਂ ਮੈਂ ਤੁਹਾਨੂੰ ਸੁਣਾ ਦੀਆਂ ਇਹੀ ਆ ਚੀਕਾਂ ਵੱਜਦੀਆਂ ਨਾ ਤਾਂ ਕੋਈ ਬੀਬੀ ਵੀ ਨਹੀਂ ਉੱਥੇ ਨਾ ਕੋਈ ਬਾਪੂ ਆ ਵੀ ਚੁੱਪ ਕਰਾ ਲੂ ਇੱਥੇ ਆ ਕੇ ਲੱਸੀ ਦਾ ਗਲਾਸ ਭਰ ਲੈਂਦੇ ਆ ਕੋਈ ਮਖਣੀ ਖਾ ਲੈਂਦਾ ਫਰਿੱਜ ਚੋਂ ਕੋਈ ਕਹਿੰਦਾ ਦੇ ਦੇ ਭਾਪਾ 500 ਦੀ ਟੈਂਕੀ ਭਰਾਉਣੀ ਆ ਉੱਥੇ ਕੋਈ ਭਾਪਾ ਨਹੀਂ ਉੱਥੇ ਫਿਰ ਜਾਂਦਾ ਬੂਕ ਦੇ ਲੈਟਰੀਨਾਂ 'ਚ ਬਹਿ ਕੇ ਕੋਈ ਅੰਦਰ ਬਹਿ ਕੇ ਪੜਦੇ ਨਾ ਬੂਕ ਦਾ ਤਾਂ 20 ਲੱਖ ਮਗਰਲੇ ਦਾ ਲੱਗਿਆ ਹੁੰਦਾ ਉਹ ਕਹਿੰਦਾ ਇੱਥੇ ਆਇਆ ਗੋਲੀ ਮਾਰੂ ਇੱਥੇ ਭਲਾ ਸਲਫਾਸ ਕਾਲਾ ਕਈਆਂ ਦਾ ਮੈਂ ਦੇਖਿਆ ਉੱਥੇ ਹਾਲ ਇੱਧਰ ਨੂੰ ਮੁੜਨ ਦਾ ਨਾਂ ਨਹੀਂ ਲੈਂਦੇ ਮੁੜ ਕੇ ਜਥੇਬੰਦੀ ਦਾ ਸਾਥ ਦੇਵੋ 3 ਪਾਰਟੀਆਂ ਤੋਂ ਆਪਾਂ ਮੁੱਠ ਖਾ ਲਈ ਜੇ ਕੋਈ ਤੁਹਾਡੀ ਚੌਥੀ ਦੀ ਸਕੀਮ ਆ ਹਜੇ ਖਾਣ ਦੀ ਉਹ ਤੁਹਾਡੀ ਮਰਜ਼ੀ ਆ ਪਰ ਮੈਂ ਕਹਿੰਦਾ ਵੀ ਜਥੇਬੰਦੀ ਦਾ ਵੱਧ ਤੋਂ ਵੱਧ ਸਾਥ ਦਿਓ ਨਵੇਂ ਮੁੰਡੇ ਜੁੜੋ ਸਾਡੇ ਪਿੰਡ 'ਚ ਅਸੀਂ ਜੁੜੇ ਆ ਵੱਧ ਤੋਂ ਵੱਧ ਮੁੰਡੇ ਆਉਣੇ ਆ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਤਾਂ ਸਕੁੱਟ ਆ ਉਹਨਾਂ ਨੂੰ ਵੀ ਜੋੜੋ ਜਿਹੜਾ ਰੇਹੜੀ ਬੋਰੀ ਦਾ ਡਰਾਵੇ ਦੇਈ ਜਾਂਦੇ ਨਾ ਉਹਨਾਂ ਨੂੰ ਵੀ ਜੋੜੋ ਡੀਜ਼ਲ ਦਾ ਜਿਹੜਾ ਕਹਿੰਦੇ ਡਰਾਵੇ ਦਿੰਦੇ ਡੀਜ਼ਲ ਮੁੱਕ ਗਿਆ ਕੋਲਾ ਮੁੱਕ ਗਿਆ ਉਹ ਉਹਨਾਂ ਦੇ ਵੀ ਕੰਮ ਖੜਨਗੇ ਨਾਲ ਦੇ ਸਰਕਾਰਾਂ ਦੇ ਆਪਣੇ ਇਕੱਲਿਆਂ ਦੇ ਨਹੀਂ ਖੜਨੇ ਆਪਣੇ ਕੋਲੇ ਬਥੇਰਾ ਰਾਸ਼ਨ ਪਿਆ ਸਭ ਕੁਛ ਹੋਊਗਾ ਸਭ ਦੀ ਫਸਲ ਬੀਜੀ ਜਾਊਗੀ ਕਿਸਾਨ ਯੂਨੀਅਨ ਜਥੇਬੰਦੀ ਕੋਈ ਨੁਕਸਾਨ ਕਰਕੇ ਆਪਣਾ ਰਾਜੀ ਨਹੀਂ ਵੀ ਆਪਾਂ ਨੂੰ ਰੇਹ ਨਾ ਮਿਲੇ ਤੇ ਆਪਣੀ ਕਣਕ ਨਾ ਬੀਜੀ ਜਾਵੇ ਤੇ ਆਪਾਂ ਨੂੰ ਤੇਲ ਨਾ ਮਿਲੇ ਆਪਣੇ ਟਰੈਕਟਰ ਨਾ ਚੱਲਣ ਹੁਣ ਪਰਸੋਂ ਦਾ ਲੈਣਾ ਲੱਗੀਆਂ ਪੰਪ ਦੇ ਹੀ ਤੇਲ ਮੁੱਕ ਜਾਣਾ ਬਸ ਮੁੱਕਿਆ ਆਪਣੇ ਕੋਲੇ ਧਿਆਨ ਰੱਖੋ ਕੋਈ ਨੀ ਘਬਰਾਓ ਨਾ ਜਥੇਬੰਦੀ ਦਾ ਸਾਥ ਦਿਓ ਜਿਹੜਾ ਫੈਸਲਾ ਲੈਣਗੇ ਆਪਾਂ ਇਹਦੇ ਨਾਲ ਰਹਿਣਾ ਸਾਰਿਆਂ ਦਾ ਧੰਨਵਾਦ ਜਿੰਨੇ ਧਰਨੇ 'ਚ ਪੁੱਜੇ ਆ ਤੁਸੀਂ ਪਹੁੰਚੇ ਆ ਜੇ ਕਿਸੇ ਨੂੰ ਮੇਰਾ ਗੁੱਸਾ ਲੱਗਿਆ ਹੱਥ ਜੋੜ ਕੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।